ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਮਹਿਦਿਆਣਾ ਸਾਹਿਬ ਵਿਖੇ ਆਏ ਹਾਂ ਅਤੇ ਇਸ ਅਸਥਾਨ ਦੇ ਅੱਜ ਆਪਾਂ ਦਰਸ਼ਨ ਕਰਾਂਗੇ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਓ। ਜੇਕਰ ਤੁਸੀਂ ਇਸ ਸਥਾਨ ਉੱਪਰ ਆ ਚੁੱਕੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ। ਆਓ ਚਲੀਏ ਜੀ, ਹੁਣ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ। ਐਂਟਰੀ ਕਰਨ ਸਮੇਂ ਦੋਨੇ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਪਰ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ, ਜਿੱਥੋਂ ਆਪਾਂ ਰੁਮਾਲ, ਕਕਾਰ ਅਤੇ ਹੋਰ ਸਮਾਨ ਖਰੀਦ ਸਕਦੇ ਹਾਂ ਜੀ। ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ, ਕਾਫੀ ਜ਼ਿਆਦਾ ਸੰਗਤ ਇਸ ਸਥਾਨ ਉੱਪਰ ਆਈ ਹੋਈ ਹੈ ਜੀ। ਇਸ ਸਾਈਡ ਬਣਿਆ ਹੋਇਆ ਜੀ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਕੇ ਜੋੜਾ ਰੱਖ ਕੇ ਦਰਸ਼ਨ ਕਰ ਸਕਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਓ ਚੱਲੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ। ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦੇ ਸਟੈਚੂ ਲਗਾਏ ਹੋਏ ਨੇ ਜੀ ਇਸ ਸਥਾਨ ਉੱਪਰ। ਇਹ ਹੈ ਜੀ ਅੱਜ ਦਾ ਹੁਕਮਨਾਮਾ ਸਾਹਿਬ, ਵੀਡੀਓ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ। ਆਪਾਂ ਸਭ ਨੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ। ਆਓ ਚੱਲਦੇ ਹਾਂ ਜੀ, ਹੁਣ ਆਪਾਂ ਸਰੋਵਰ ਸਾਹਿਬ ਦੇ ਦਰਸ਼ਨ ਕਰਦੇ ਹਾਂ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। 10ਵੇਂ ਪਾਤਸ਼ਾਹ ਨਾ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਜੀ ਫਿਰ ਇਸ ਸਥਾਨ ਦੇ ਉੱਤੇ ਪਹੁੰਚੇ ਸਨ। ਇਸ ਸਥਾਨ ਦੇ ਉੱਤੇ ਨਾ ਆਪਾਂ ਦਰਸ਼ਨ ਕਰਦੇ ਹਾਂ, ਉੱਚੀ ਇੱਕ ਢਾਬ ਬਣੀ ਹੋਈ ਸੀ, ਤੁਸੀਂ ਸਾਡੀ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ, ਜਿਹੜੇ ਆਪਣੇ ਪਾਤਸ਼ਾਹ ਨੇ ਜਿਸ ਜਗ੍ਹਾ ਵੀ ਬੈਠੇ ਨੇ ਪਹਿਲਾਂ ਜਾਂ ਤਾਂ ਉਸ ਜਗ੍ਹਾ ਪਾਣੀ ਦਾ ਪ੍ਰਬੰਧ ਸੀਗਾ ਜੀ, ਜਾਂ ਸਾਡੇ ਪਾਤਸ਼ਾਹ ਨੇ ਉਸ ਜਗ੍ਹਾ ਪਾਣੀ ਦਾ ਪ੍ਰਬੰਧ ਕੀਤਾ ਆ ਜੀ। ਇਸ ਜਗ੍ਹਾ ਪਾਣੀ ਦੀ ਢਾਬ ਹੁੰਦੀ ਸੀ, ਸਾਡੇ ਪਾਤਸ਼ਾਹ ਆਏ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕੀਤਾ 10ਵੇਂ ਪਾਤਸ਼ਾਹ ਨੇ ਜੀ। ਤੁਸੀਂ ਪੜ੍ਹ ਵੀ ਸਕਦੇ ਹੋ ਇੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮੇ ਜੱਟਪੁਰੇ ਤੋਂ ਆਉਂਦੇ ਹੋਏ ਜੀ ਇਸ ਸਥਾਨ ਉੱਤੇ ਰੁਕੇ ਸੀ, ਉੱਚੀ ਢਾਬ ਦੇ ਉੱਤੇ ਸਾਡੇ ਪਾਤਸ਼ਾਹ ਨੇ ਇਸ਼ਨਾਨ ਕੀਤਾ। ਇਸ ਜਗ੍ਹਾ ਦੇ ਉੱਤੇ ਅੱਜ ਸਰੋਵਰ ਸਾਹਿਬ ਸੁਸ਼ੋਭਿਤ ਆ ਜੀ, ਹਜ਼ਾਰਾਂ ਲੱਖਾਂ ਸੰਗਤਾਂ ਇਸ ਸਥਾਨ ਉੱਤੇ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ ਜੀ, ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਨੇ ਜੀ। ਤੇ ਜ਼ਰੂਰੀ ਬੇਨਤੀ ਹੈ ਕਿ ਸੰਗਤਾਂ ਵਾਸਤੇ ਇਸ ਜਗ੍ਹਾ ਦੀ ਪ੍ਰਬੰਧਕ ਕਮੇਟੀ ਨੇ ਲਾਈ ਹੋਈ ਹੈ ਜੀ, ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਉਰੇ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ ਜੀ, ਦਰਸ਼ਨ ਕਰਨ ਆਉਂਦੇ ਹਾਂ, ਇੱਥੇ ਮੱਥਾ ਟੇਕਣਾ, ਸਿਹਰੇ ਬੰਨਣਾ, ਇਸ ਤੋਂ ਇਲਾਵਾ
ਹੋਰ ਕੁਝ ਰੱਖਣਾ ਤੇ ਸੋਵਰ ਵਿੱਚ ਮਾਇਆ ਸੁੱਟਣਾ ਸਖਤ ਮਨਾ ਆ। ਕਈ ਜਗ੍ਹਾ ਹੁੰਦਾ ਜੀ ਸਾਡੇ ਬੀਬੀਆਂ ਹਟਦੀਆਂ ਨੇ ਹੈਗੀਆਂ, ਉਹ ਸਿੱਟੀ ਜਾਂਦੀਆਂ ਨੇ ਉਸ ਪੈਸੇ ਦੀ ਬੇਕਦਰੀ ਵਾਲਾ ਕੰਮ ਹੁੰਦਾ ਆ। ਯਾਨੀ ਜਿਹੜੇ ਲੋੜਵੰਦ ਨੇ ਆਪਾਂ ਨੂੰ ਜੇ ਸੇਵਾ ਕਰਨੀ ਚਾਹੀਦੀ ਆ ਤਾਂ ਉਹਨਾਂ ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਆ, ਮਾਇਆ ਉਹਨਾਂ ਨੂੰ ਦੇਣੀ ਚਾਹੀਦੀ ਆ ਜੀ। ਇਸ ਗੱਲ ਵੱਲ ਜ਼ਰੂਰ ਧਿਆਨ ਰੱਖਿਆ ਕਰੋ। ਜਿਹੜੀ ਆਪਣੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਆ ਉਹਨੂੰ ਕਾਇਮ ਰੱਖਣਾ ਆਪਣਾ ਫਰਜ਼ ਆ ਜੀ। ਆਜੋ ਹੁਣ ਆਪਾਂ ਉਸ ਢਾਬ ਦੇ ਦਰਸ਼ਨ ਕਰਦੇ ਹਾਂ ਜਿਸ ਜਗ੍ਹਾ ਸਾਡੇ ਪਾਤਸ਼ਾਹ ਨੇ ਇਸ਼ਨਾਨ ਕੀਤਾ ਸੀ ਜੀ। ਸਰੋਵਰ ਸਾਹਿਬ ਦੇ ਵਿੱਚ ਉਹ ਪੰਗਤੀਆਂ ਤੁਸੀਂ ਪੜ੍ਹ ਸਕਦੇ ਹੋ ਜੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇੱਕ ਤੁਸੀਂ ਉਰੇ ਚੀਜ਼ ਹੋਰ ਦੇਖੋ, ਜਿਹੜਾ ਇਸ ਢਾਬ ਆ ਜੀ ਇਹ ਉਸ ਸਮੇਂ ਪੂਰਾ ਜੰਗਲ ਹੁੰਦਾ ਸੀਗਾ ਜੀ, ਯਾਨੀ ਇਹਦੇ ਨੇੜੇ ਤੇੜੇ ਕੋਈ ਪਿੰਡ ਨਹੀਂ ਹੁੰਦਾ ਸੀ ਉਸ ਸਮੇਂ, ਤੇ ਇਸ ਜਗ੍ਹਾ ਪਾਤਸ਼ਾਹ ਇਸ਼ਨਾਨ ਕੀਤਾ। ਜਿਹੜੀ ਇਹਨੂੰ ਦਿੱਖ ਦਿੱਤੀ ਗਈ ਆ ਤੁਸੀਂ ਦੇਖੋ ਕਿ ਸ਼ਿਪ ਦੀ ਤਰ੍ਹਾਂ ਆ ਇਹ, ਜਿਵੇਂ ਜਹਾਜ਼ ਹੁੰਦਾ ਆ ਪਾਣੀ ਵਾਲਾ ਬੇੜਾ ਹੁੰਦਾ ਆ ਉਸ ਤਰ੍ਹਾਂ ਇਸ ਨੂੰ ਬਣਾਇਆ ਗਿਆ ਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਤੇ ਇਸ ਜਗ੍ਹਾ ਹੁਣ ਸਰੋਵਰ ਸਾਹਿਬ ਆ ਜੀ, ਆਪਾਂ ਦਰਸ਼ਨ ਕਰ ਸਕਦੇ ਹਾਂ, ਇਸ਼ਨਾਨ ਕਰ ਸਕਦੇ ਹਾਂ ਜੀ ਇਸ ਸਰੋਵਰ ਸਾਹਿਬ ਦੇ ਵਿੱਚ ਜੀ। ਆਜੋ ਆਪਾਂ ਹੁਣ ਉਸ ਜਗ੍ਹਾ ਨੂੰ ਦੇਖਦੇ ਹਾਂ, ਦਰਸ਼ਨ ਕਰਦੇ ਹਾਂ ਜੀ, ਜਿਸ ਜਗ੍ਹਾ ਜੀ ਆਪਣੇ ਧਰਮ ਨਾਲ, ਸਿੱਖ ਧਰਮ ਨਾਲ ਸੰਬੰਧਿਤ ਜੀ ਤਸਵੀਰਾਂ ਕਹਿ ਸਕਦੇ ਹਾਂ ਆਪਾਂ, ਮੂਰਤੀਆਂ ਕਹਿ ਸਕਦੇ ਹਾਂ, ਸਟੈਚੂ ਨੇ ਜੀ ਲੱਗੇ ਹੋਏ ਨੇ, ਜਿਹੜੀ ਸਿੱਖ ਇਤਿਹਾਸ ਨੂੰ ਦਰਸਾਇਆ ਹੋਇਆ ਜੀ ਉਹਨਾਂ ਰਾਹੀਂ, ਆਜੋ ਆਪਾਂ ਦਰਸ਼ਨ ਕਰਦੇ ਹਾਂ ਉਹਨਾਂ ਦੇ ਜੀ। ਇੱਕ ਤੁਸੀਂ ਉਰੇ ਹੋਰ ਚੀਜ਼ ਦੇਖੋ, ਥੋੜਾ ਧਿਆਨ ਨਾਲ ਦੇਖਿਓ, ਸਰੋਵਰ ਦੇ ਵਿੱਚ ਨਾ ਲੋਕ ਸਿੱਕੇ ਸਿੱਟਦੇ ਨੇ, ਦੇਖੋ ਸਿੱਕਿਆਂ ਦੇ ਪੱਕੇ ਨਿਸ਼ਾਨ ਬਣ ਗਏ ਜੀ, ਤਾਂ ਹੀ ਇਸ ਪ੍ਰਬੰਧਕ ਕਮੇਟੀ ਵੱਲੋਂ ਮਨਾ ਕੀਤਾ ਜਾਂਦਾ ਵੀ ਸਿੱਕੇ ਨਾ ਸਿੱਟੋ। ਤੁਸੀਂ ਧਿਆਨ ਨਾਲ ਦੇਖੋ ਕਿੱਦਾਂ ਬਣ ਗਏ ਨੇ ਨਿਸ਼ਾਨ, ਬਣ ਗਏ ਨੇ ਪੱਕੇ। ਸਿੱਖ ਕੌਮ ਦੇ ਆਖਰੀ ਮਹਾਰਾਜਾ ਮਹਾਰਾਜਾ ਸ਼੍ਰੀ ਦਲੀਪ ਸਿੰਘ ਜੀ ਦਾ ਤੁਸੀਂ ਸਟੈਚੂ ਦੇਖ ਸਕਦੇ ਹੋ, ਇਸ ਸਥਾਨ ਉੱਪਰ ਲਗਾਇਆ ਗਿਆ ਜੀ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਪਰ। ਆਪਾਂ ਜੀ ਹੁਣ ਦਰਸ਼ਨ ਕਰ ਰਹੇ ਹਾਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ, ਦੇਖੋ ਤੁਸੀਂ ਸਟੈਚੂ ਲੱਗਿਆ ਹੋਇਆ ਇਸ ਜਗ੍ਹਾ ਦੇ ਉੱਤੇ। ਬੰਦ ਬੰਦ ਕੱਟਣ ਬਾਰੇ ਕਿਹਾ ਗਿਆ, ਜਦੋਂ ਟੋਕਾ ਮਰਨ ਲੱਗਿਆ ਹੱਥ ਤੇ ਉਹ ਕਹਿੰਦੇ ਭਾਈ ਬੰਦ ਬੰਦ ਇੱਥੋਂ ਸ਼ੁਰੂ ਹੁੰਦਾ ਆ ਵੀ ਬੰਦ ਬੰਦ ਕੱਟ, ਤੇਰੇ ਹਾਕਮ ਦਾ ਹੁਕਮ ਹੋਇਆ ਬੰਦ ਬੰਦ ਕੱਟਣ ਦਾ, ਮੇਰਾ ਬੰਦ ਬੰਦ ਕੱਟ, ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ। ਇਹਦੇ ਨਾਲ ਹੀ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦਾ ਮੁੱਲ ਪਾਇਆ ਜੀ, ਜਿਹੜੀ ਸਿਰ ਦੇ ਵੱਟੇ ਉਹਨਾਂ ਨੂੰ ਉਹ ਮੋਹਰਾਂ ਪੈਸੇ ਦਿੰਦਾ ਹੁੰਦਾ ਸੀ, ਲਾਹੌਰ ਦਾ ਹੁਕਮ ਵਜਾਉਂਦੇ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਮੁਗਲ ਸਿੰਘਾਂ ਦਾ ਸਿਰ ਵੱਢ ਕੇ ਜ਼ਕਰੀਆ ਖਾਨ ਮੂਹਰੇ ਪੇਸ਼ ਕਰਦੇ ਨੇ, ਇਨਾਮ ਪ੍ਰਾਪਤ ਕਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਹਜ਼ੂਰ ਸਾਹਿਬ ਤੋਂ ਚੱਲੇ ਨੇ ਜੀ, ਤੇ ਉਹਨਾਂ ਦਾ ਇਹ ਸਟੈਚੂ ਉਰੇ ਲੱਗਿਆ ਹੋਇਆ ਆ, ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦਾ, ਅਤੇ ਹੋਰ ਵੀ ਜਿਹੜੀਆਂ ਅਨੰਦਪੁਰ ਸਾਹਿਬ ਦੇ ਵਿੱਚ ਲੜਾਈਆਂ ਹੋਈਆਂ ਨੇ ਉਹਨਾਂ ਦੀਆਂ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਆਜੋ ਆਪਾਂ ਇਹਨਾਂ ਸਾਰਿਆਂ ਦੇ ਦਰਸ਼ਨ ਕਰਦੇ ਹਾਂ। ਲੱਗਿਆ ਹੋਇਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ, ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ। ਅੱਜ ਵੀ ਆਪਣਾ ਸਿੱਖ ਧਰਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਚੇਤੇ ਕਰਦਾ ਆ। ਨਹੀਂ ਰਿਹਾ ਸ਼ੇਰੇ ਪੰਜਾਬ ਭਾਵੇਂ ਸਦਾ ਰਹੇਗਾ ਜੱਗ ਤੇ ਨਾਂ ਉਸਦਾ, ਰਾਜ ਹੋਣਾ ਨਹੀਂ ਰਾਜੇ ਰਣਜੀਤ ਵਰਗਾ, ਚੇਤਾ ਅੱਜ ਵੀ ਆਉਂਦਾ ਨਿਆਂ ਉਸਦਾ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂ ਲੱਗਿਆ, ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦਾ ਸਟੈਚੂ ਲੱਗਿਆ ਹੋਇਆ ਆ, ਜੱਸਾ ਸਿੰਘ ਜੀ ਆਲੂਵਾਲੀਆ ਜੀ ਦਾ ਸਟੈਚੂ ਲੱਗਿਆ ਹੋਇਆ ਆ। ਤੇ ਇਹ ਸੀ ਸਾਡੀਆਂ ਧੰਨ ਮਾਵਾਂ ਜੀ, ਜਿਨ੍ਹਾਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ ਸਭਾ ਮਣ ਮਣ ਪੀਸਣੇ ਪੀਸੇ ਜੀ, ਬੱਚਿਆਂ ਦੇ ਹਾਰ ਗਲਿਆਂ ਦੇ ਵਿੱਚ ਪੁਆਏ ਸਾਡੀਆਂ ਮਾਵਾਂ ਨੇ ਜੀ, ਉਸ ਸੀਨ ਨੂੰ ਦਰਸਾਉਂਦੀਆਂ ਹੋਈਆਂ ਇਹ ਮੂਰਤੀਆਂ, ਇਹ ਸਟੈਚੂ ਜੀ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ। ਅੱਜ ਕੱਲ੍ਹ ਆਪਣੇ ਬੱਚਿਆਂ ਕੋਲ ਬਹੁਤਾ ਟਾਈਮ ਨਹੀਂ ਹੁੰਦਾ, ਨਹੀਂ ਪੜ੍ਹ ਪਾਉਂਦੇ ਸਿੱਖ ਇਤਿਹਾਸ ਜੀ, ਉਹਨਾਂ ਨੂੰ ਜ਼ਰੂਰ ਇਸ ਜਗ੍ਹਾ ਦੇ ਉੱਤੇ ਲਿਆਇਆ ਕਰੋ। ਜਦੋਂ ਬੱਚੇ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ, ਇਹਨਾਂ ਤਸਵੀਰਾਂ ਨੂੰ ਦੇਖਦੇ ਨੇ,
ਤਾਂ ਇਤਿਹਾਸ ਚੇਤੇ ਆਉਂਦਾ। ਬੇਸ਼ੱਕ ਸਾਡੇ ਧਰਮ ਦੇ ਵਿੱਚ ਬੁੱਤ ਪ੍ਰਸਤੀ ਦੀ ਕੋਈ ਜਗ੍ਹਾ ਨਹੀਂ ਜੀ, ਬੁੱਤ ਪੂਜਣਾ ਸਾਡੇ ਮਨਾਹੀ ਆ, ਹੈ ਨਾ। ਪਰ ਜਦੋਂ ਅਸੀਂ ਉਰੇ ਆਉਂਦੇ ਹਾਂ, ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇੱਕ ਆਟੋਮੈਟਿਕ ਆਪਣੇ ਮਾਇੰਡ ਦੇ ਵਿੱਚ ਸੀਨ ਬਣ ਜਾਂਦਾ ਆ, ਉਸ ਇਤਿਹਾਸ ਚੇਤੇ ਆਉਂਦਾ ਆ। ਬੱਚਿਆਂ ਕੋਲ ਸਮਾਂ ਨਹੀਂ ਹੁੰਦਾ, ਨਹੀਂ ਪੜ੍ਹ ਪਾਉਂਦੇ, ਤਾਂ ਉਹਨਾਂ ਨੂੰ ਜ਼ਰੂਰ ਉਰੇ ਲਿਆਇਆ ਕਰੋ ਜੀ। ਜਦੋਂ ਇਹਨਾਂ ਨੂੰ ਦੇਖਦੇ ਨੇ ਜੀ, ਇਹਨਾਂ ਤਸਵੀਰਾਂ ਨੂੰ, ਤਾਂ ਉਹਨਾਂ ਨੂੰ ਆਪਣਾ ਇਤਿਹਾਸ ਚੇਤੇ ਆਉਂਦਾ ਵੀ ਸਿੱਖ ਧਰਮ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ ਨੇ ਜੀ। ਬਹੁਤ ਔਖਾ ਪਰ ਸਾਡਾ ਰਾਜ ਕਾਇਮ ਹੋਇਆ ਸੀ, ਅਸੀਂ ਰਾਜ ਕੀਤਾ ਸੀ ਜੀ। ਤੇ ਆ ਜਾਓ ਆਪਾਂ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਜਦੋਂ ਵਜ਼ੀਰ ਖਾਨ ਦੀ ਹਿਰਾਸਤ ਦੇ ਵਿੱਚ ਸੀ, ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ, ਉਹਨਾਂ ਦੀਆਂ ਪ੍ਰਤਿਮਾਵਾਂ ਵੀ ਇਸ ਜਗ੍ਹਾ ਉੱਤੇ ਲੱਗੀਆਂ ਹੋਈਆਂ ਨੇ, ਸਟੈਚੂ ਲੱਗੇ ਹੋਏ ਨੇ ਜੀ। ਆਪਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ। ਆ ਜਾਓ ਆਪਾਂ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ ਹਾਂ ਜੀ। ਸਟੈਚੂ ਆ ਜੀ, ਪ੍ਰਤਿਮਾ ਲੱਗੀ ਹੋਈ ਆ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਛੋਟੇ ਸਾਹਿਬਜ਼ਾਦਿਆਂ ਦਾ। ਤੇ ਠੰਡੇ ਬੁਰਜ ਤੋਂ ਕਚਹਿਰੀ ਵੱਲ ਨੂੰ ਲੈ ਕੇ ਜਾਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਦਾ ਹੈਂਡ ਤੁਸੀਂ ਹੱਥ ਦੇਖ ਸਕਦੇ ਹੋ, ਆਸ਼ੀਰਵਾਦ ਦਿੰਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ। ਤੇ ਇਹ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੋਈ ਆ, ਇਹ ਵੀ ਦੇਖ ਸਕਦੇ ਹਾਂ ਆਪਾਂ। ਤੇ ਉਹ ਬੈਠੇ ਨੇ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਡੇ ਮਾਤਾ ਗੁਜਰ ਕੌਰ ਜੀ। ਜਦੋਂ ਜੀ ਉਹਨਾਂ ਨੂੰ ਮੋਤੀ ਮਹਿਰੇ ਨੇ ਬੱਚਿਆਂ ਦੀ ਸ਼ਹੀਦੀ ਦੀ ਖਬਰ ਦਿੱਤੀ ਸੀ ਜੀ, ਮੋਤੀ ਮਹਿਰੇ ਨੇ ਪੁੰਨ ਕਮਾਇਆ ਸੀ ਜੀ ਬੱਚਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ, ਜਦੋਂ ਹਿਰਾਸਤ ਦੇ ਵਿੱਚ ਸੀ ਜੀ ਤਾਂ ਉਹਨਾਂ ਨੂੰ ਦੁੱਧ ਪਿਲਾਇਆ ਸੀਗਾ ਜੀ। ਇਹ ਸਾਰੀਆਂ ਲੱਗੀਆਂ ਹੋਈਆਂ ਨੇ ਜੀ ਤਸਵੀਰਾਂ, ਆਪਾਂ ਦੇਖ ਸਕਦੇ ਹਾਂ। ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਸਾਈਂ ਮੀਆਂ ਮੀਰ ਜੀ, ਜੋ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਪਿਆਰੇ ਸੀ ਜੀ। ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਗਈ ਸੀ ਜੀ। ਆਪਾਂ ਪੜ੍ਹ ਸਕਦੇ ਹਾਂ ਸਕਰੀਨ ਦੇ ਉੱਤੇ, ਦੇਖ ਸਕਦੇ ਹਾਂ ਸਾਈਂ ਮੀਆਂ ਮੀਰ ਜੀ, ਪੰਜਵੇਂ ਗੁਰਾਂ ਦਾ ਕੀਤਾ ਦੀਦਾਰ ਇਸਨੇ, ਇਕੱਲੇ ਮੋਮਨਾਂ ਦਾ ਨਹੀਂ ਪੀਰ ਬਾਬਾ, ਰੱਬੀ ਰੰਗ ਦੇ ਵਿੱਚ ਹੈ ਰੰਗਿਆ ਜੋ ਮਹਾਪੁਰਸ਼ ਦਰਵੇਸ਼ ਫਕੀਰ ਬਾਬਾ। ਇਹ ਨੇ ਜੀ ਸਾਈਂ ਮੀਆਂ ਮੀਰ ਜੀ ਦੀ ਸਟੈਚੂ ਲੱਗਿਆ ਹੋਇਆ ਇਸ ਜਗ੍ਹਾ ਦੇ ਉੱਤੇ ਜੀ। ਸਾਡੇ ਨੌਵੇਂ ਪਾਤਸ਼ਾਹ ਨੇ ਜਦੋਂ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਪਾਈ ਸੀ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਮਤੀਦਾਸ ਜੀ ਨੇ ਉਹਨਾਂ ਦੇ ਨਾਲ ਸ਼ਹੀਦੀ ਪਾਈ ਸੀ ਜੀ। ਜੇਕਰ ਤੁਸੀਂ ਉਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ ਤੇ ਜਾ ਕੇ ਉਸ ਸਥਾਨ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਤੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਜੀ। ਨੌਵੇਂ ਪਾਤਸ਼ਾਹ ਦੇ ਸਾਹਮਣੇ ਇਹਨਾਂ ਤਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹ ਸੋਚਦੇ ਸੀ ਵੀ ਸ਼ਾਇਦ ਇਹਨਾਂ ਦੇ ਸਿੱਖਾਂ ਨੂੰ ਇਹਨਾਂ ਦੇ ਸਾਹਮਣੇ ਸ਼ਹੀਦ ਕਰੂੰ, ਸ਼ਾਇਦ ਡੋਲ ਜਾਣਗੇ, ਸ਼ਾਇਦ ਸਾਡੇ ਧਰਮ ਦੇ ਵਿੱਚ ਆ ਜਾਣਗੇ ਜੀ। ਪਰ ਉਹ ਝੁਕਾ ਨਹੀਂ ਸਕੇ, ਨਾ ਗੁਰੂ ਦੇ ਸਿੱਖਾਂ ਨੂੰ ਨਾ ਸਾਡੇ ਗੁਰੂ ਸਾਹਿਬਾਨ ਨੂੰ ਜੀ। ਇਹ ਭਾਈ ਦਿਆਲਾ ਜੀ ਦਾ ਸਟੈਚੂ ਲੱਗਿਆ, ਤੁਸੀਂ ਦੇਖ ਸਕਦੇ ਹੋ ਜੀ। ਮਾਤਾ ਭਾਗ ਕੌਰ ਜੀ ਦਾ ਸਥਾਨ ਦੇ ਤੁਸੀਂ ਨਹੀਂ ਦਰਸ਼ਨ ਕੀਤੇ ਤਾਂ ਸਾਡੇ ਚੈਨਲ ਤੇ ਉਸ ਸਥਾਨ ਦੇ ਵੀ ਦਰਸ਼ਨ ਕਰਿਓ। ਮਾਤਾ ਭਾਗ ਕੌਰ ਜੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਰਹੇ ਨੇ, ਤਪ ਸਥਾਨ ਬਣਿਆ ਹੋਇਆ, ਅਸੀਂ ਉਹ ਵੀ ਚੈਨਲ ਦੇ ਉੱਤੇ ਵੀਡੀਓ ਪਾਈ ਆ, ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਕਰਿਓ ਜੀ। ਮਾਤਾ ਭਾਗ ਕੌਰ ਜੀ ਖਦਰਾਣੇ ਦੀ ਢਾਬ ਦੇ ਉੱਤੇ ਲੜੇ ਸੀਗੇ ਜੀ ਮੁਕਤਸਰ ਸਾਹਿਬ ਵਿਖੇ, ਉਸ ਸਥਾਨ ਦੇ ਦਰਸ਼ਨ ਕਰਨੇ, ਉਸ ਸਥਾਨ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਤੇ ਇਸ ਜਗ੍ਹਾ ਵੀ ਮਾਤਾ ਭਾਗ ਕੌਰ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੰਗ ਦੇ ਵਿੱਚ ਲੜ ਰਹੇ ਨੇ ਜੀ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਪੀਰ ਬੁੱਧੂ ਸ਼ਾਹ ਜੀ ਨਤਮਸਤਕ ਹੋ ਰਹੇ ਨੇ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਆਪਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਟੈਚੂ ਨਹੀਂ ਬਣਾ ਸਕਦੇ, ਇਸ ਕਰਕੇ ਉਹਨਾਂ ਦਾ ਸਟੈਚੂ ਇਸ ਸਥਾਨ ਉੱਪਰ ਨਹੀਂ ਲਗਾਇਆ ਹੋਇਆ। ਤੁਸੀਂ ਦੇਖ ਸਕਦੇ ਹੋ ਪੀਰ ਬੁੱਧੂ ਸ਼ਾਹ ਜੀ ਆਪਣੀ ਸਕਰੀਨ ਉੱਪਰ। ਪੀਰ ਬੁੱਧੂ ਸ਼ਾਹ ਨੇ ਗੁਰਾਂ ਨੂੰ ਅਰਜ਼ ਕੀਤੀ, ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ, ਚਾਈ ਚਾਈ ਕਰਵਾਏ ਸੀ ਮੈਂ ਭਰਤੀ, ਨਿਕਲ ਗਏ ਮੁਰੀਦ ਗੱਦਾਰ ਮੇਰੇ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਭਾਈ ਜੈ ਸਿੰਘ ਜੀ ਦੇ,
ਸਟੈਚੂ ਇਸ ਸਥਾਨ ਉੱਪਰ ਲੱਗਿਆ ਹੋਇਆ। ਪਟਿਆਲੇ ਨੂੰ ਜਾਂਦੇ ਹੋਏ ਭਾਈ ਜੈ ਸਿੰਘ ਜੀ ਦਾ ਪਿੰਡ ਖਲਕਟ ਆਉਂਦਾ। ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸਥਾਨ ਨੂੰ ਵੀ ਕਵਰ ਕਰਾਂਗੇ, ਉਸ ਸਥਾਨ ਦੇ ਵੀ ਦਰਸ਼ਨ ਕਰਾਂਗੇ। ਇਹਨਾਂ ਨੂੰ ਤੰਬਾਕੂ ਦੀ ਪੰਡ ਨਾ ਚੁੱਕੇ ਜਾਣ ਕਰਕੇ ਇਹਨਾਂ ਨੂੰ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਭਾਈ ਜੈ ਸਿੰਘ ਜੀ ਖਲਕਟ ਜੀ ਦਾ ਸਟੈਚੂ ਲਗਾਇਆ ਹੋਇਆ ਇਸ ਸਥਾਨ ਉੱਪਰ। ਸਰਦਾਰ ਭਗਤ ਸਿੰਘ ਜੀ ਜਦੋਂ ਜੇਲ੍ਹ ਦੇ ਵਿੱਚ ਸਨ ਉਸ ਦ੍ਰਿਸ਼ ਨੂੰ ਵੀ ਇਸ ਸਥਾਨ ਉੱਪਰ ਦਿਖਾਇਆ ਹੋਇਆ ਜੀ। ਹੁਣ ਆਪਾਂ ਦੇਖ ਰਹੇ ਹਾਂ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਉਸ ਸਮੇਂ ਦਾ ਦ੍ਰਿਸ਼। ਇਸ ਸਥਾਨ ਉੱਪਰ ਜੀ ਸ਼ਹੀਦ ਊਧਮ ਸਿੰਘ ਜੀ ਦਾ ਸਟੈਚੂ ਵੀ ਲੱਗਿਆ ਹੋਇਆ, ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਕਤਲੇਆਮ ਦਾ ਬਦਲਾ ਲਿਆ ਸੀ। ਆਪਾਂ ਦੇਖ ਰਹੇ ਹਾਂ ਜੀ ਸ਼ਹੀਦ ਊਧਮ ਸਿੰਘ ਜੀ ਦਾ ਸਟੈਚੂ ਇਸ ਸਥਾਨ ਉੱਪਰ। ਊਧਮ ਸਿੰਘ ਸੁਨਾਮ ਹੈ ਅਮਰ ਯੋਧਾ, ਡੁੱਲੇ ਖੂਨ ਦਾ ਲਿਆ ਹੈ ਵੈਰ ਇਸਨੇ, 21 ਸਾਲ ਸੀ ਵੈਰੀ ਦੇ ਮਗਰ ਲੱਗਾ, ਲੱਭ ਲਿਆ ਸੀ ਅੰਤ ਉਡਵੈਰ ਇਸਨੇ। ਦੇਖ ਰਹੇ ਹਾਂ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸਟੈਚੂ ਇਸ ਸਥਾਨ ਉੱਪਰ ਲੱਗਿਆ ਹੋਇਆ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 24 ਮਈ 1896 ਨੂੰ ਪਿਤਾ ਮੰਗਲ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਆਪਾਂ ਦਰਸ਼ਨ ਕਰ ਰਹੇ ਹਾਂ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਸਟੈਚੂ ਦੇ ਇਸ ਸਥਾਨ ਉੱਪਰ। ਆਓ ਆਪਾਂ ਚੱਲਦੇ ਹਾਂ ਅੱਗੇ ਨੂੰ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਜੇਕਰ ਤੁਸੀਂ ਇਸ ਸਥਾਨ ਉੱਪਰ ਆ ਚੁੱਕੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ, ਅਤੇ ਜੇਕਰ ਤੁਸੀਂ ਇਸ ਸਥਾਨ ਉੱਪਰ ਨਹੀਂ ਆਏ ਤਾਂ ਵੀ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖਿਓ। ਆਓ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ, ਬਣੇ ਦੇ ਸਾਡੇ ਨਾਲ ਪੂਰੀ ਵੀਡੀਓ ਦੇ। ਆਪਾਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਸਟੈਚੂ ਲੱਗੇ ਹੋਏ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ। ਫਕਸੀਅਰ ਬਾਦਸ਼ਾਹ ਨੇ ਹੁਕਮ ਦੇ ਕੇ ਜੀ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਮਹਿਰੌਲੀ ਦਿੱਲੀ ਦੇ ਵਿੱਚ ਜੀ ਸ਼ਹੀਦ ਕੀਤਾ ਗਿਆ ਸੀ। ਜੇ ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਕਰਨਾ ਚਾਹੁੰਦੇ ਹੋ ਦਿੱਲੀ ਜਿਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਤਾਂ ਸਾਡੇ ਚੈਨਲ ਤੇ ਜਾ ਕੇ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਬੱਚੇ ਦਾ ਕਲੇਜਾ ਦਿਲ ਕੱਢ ਕੇ ਮੂੰਹ ਚ ਪਾਇਆ ਗਿਆ ਸੀਗਾ ਜੀ। ਇਹ ਸਾਹਮਣੇ ਤਸਵੀਰਾਂ ਉਸ ਸੀਨ ਨੂੰ ਉਸ ਇਤਿਹਾਸ ਨੂੰ ਦਰਸਾਉਂਦੀਆਂ ਨੇ ਜੀ। ਤੇ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਰੰਗਰੇਟੇ ਗੁਰੂ ਕੇ ਬੇਟੇ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਜੀ, ਨਾਲ ਸੁਭੇਕ ਸਿੰਘ ਤੇ ਸ਼ਾਹਬਾਜ ਸਿੰਘ ਜੀ, ਕਈ ਇਤਿਹਾਸਕਾਰ ਜੀ ਇਹਨਾਂ ਨੂੰ ਭਰਾ ਲਿਖਦੇ ਨੇ ਤੇ ਕਈ ਇਤਿਹਾਸਕਾਰ ਇਹਨਾਂ ਨੂੰ ਪਿਓ ਪੁੱਤ ਲਿਖਦੇ ਨੇ ਜੀ, ਚਰਖੜੀਆਂ ਦੇ ਉੱਤੇ ਚੜ੍ਹੇ ਜੀ ਇਹਨਾਂ ਨੇ ਸ਼ਹੀਦੀਆਂ ਪਾਈਆਂ ਜੀ। ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਭਾਈ ਤਾਰੂ ਸਿੰਘ ਜੀ ਦਾ ਸਟੈਚੂ ਲੱਗਿਆ ਹੋਇਆ, ਉਹਨਾਂ ਨੇ ਆਪਣਾ ਖੋਪਰ ਲਹਾਇਆ ਜੀ, ਕੇਸ ਨਹੀਂ ਕਟਾਏ ਜੀ। ਤੁਸੀਂ ਭਾਈ ਤਾਰੂ ਸਿੰਘ ਨੇ ਉਸ ਸਮੇਂ ਕੇਸ ਸਾਂਭੇ ਜੀ ਆਪਣੇ ਜੀ, ਖੋਪਰ ਲਹਾਇਆ ਪਰ ਕੇਸ ਨਹੀਂ ਕਟਵਾਏ ਜੀ, ਉਹ ਸੀਨ ਵੀ ਇਸ ਜਗ੍ਹਾ ਦੇ ਉੱਤੇ ਦਰਸਾਇਆ ਹੋਇਆ ਜੀ। ਤੇ ਦੋ ਸਰਦਾਰ ਮਹਿਤਾਬ ਸਿੰਘ ਤੇ ਮੀਆਂ ਕੋਟੀ ਹੈ ਜੀ, ਉਹ ਜਦੋਂ ਮੱਸੇ ਰੰਗੜ ਨੇ ਜੀ ਦਰਬਾਰ ਸਾਹਿਬ ਦੇ ਵਿੱਚ ਉਹ ਨਚਾਉਂਦਾ ਸੀਗਾ ਹਨਾ, ਤਾਂ ਉਹਨਾਂ ਦੇ ਸਿਰ ਵੱਢ ਕੇ ਲੈ ਕੇ ਗਏ ਸੀ ਜੀ, ਉਹ ਉਹਨਾਂ ਦੇ ਸਟੈਚੂ ਵੀ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ। ਤੁਸੀਂ ਕਦੇ ਵੀ ਤੁਹਾਡਾ ਮੌਕਾ ਲੱਗਿਆ ਤਾਂ ਇਸ ਸਥਾਨ ਦੇ ਦਰਸ਼ਨ ਕਰਨ ਜ਼ਰੂਰ ਆਇਓ ਜੀ, ਜਿਹੜੀ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਜੀ ਤਸਵੀਰਾਂ ਸਟੈਚੂ ਜੀ ਜਾਂ ਆਪਾਂ ਮੂਰਤੀਆਂ ਕਹਿ ਲਈਏ ਇਸ ਜਗ੍ਹਾ ਲੱਗੀਆਂ ਹੋਈਆਂ ਨੇ ਜੀ। ਆਪਾਂ ਨੂੰ ਆਪਣਾ ਇਤਿਹਾਸ ਜਿਹੜਾ ਬਹੁਤ ਵੱਡਾ ਇਤਿਹਾਸ ਆ ਸਿੱਖ ਧਰਮ ਜੀ ਉਹ ਚੇਤੇ ਆਉਂਦਾ ਆ ਜੀ, ਜ਼ਰੂਰ ਨਤਮਸਤਕ ਹੋਇਓ ਜੀ ਉਰੇ। ਅਤੇ ਇਸ ਤੋਂ ਬਾਅਦ ਹੋਰ ਵੀ ਜਿਹੜੀਆਂ ਸਟੈਚੂ ਜਾਂ ਮੂਰਤੀਆਂ ਲੱਗੀਆਂ ਹੋਈਆਂ ਨੇ ਆਪਾਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਗੁਰੂ ਕੇ ਲੰਗਰਾਂ ਵੱਲ ਨੂੰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਆ ਜਾਓ ਚੱਲਦੇ ਹਾਂ ਆਪਾਂ ਹੁਣ ਗੁਰੂ ਕੇ ਲੰਗਰਾਂ ਵੱਲ ਨੂੰ ਜੀ।
ਆਓ ਜੀ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਵੱਲ ਨੂੰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਆਓ ਚੱਲੀਏ ਜੀ। ਜੀ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਆਏ ਹੋਏ ਹਾਂ, ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਨਾ, ਅਤੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ 'ਤੇ ਵੀਡੀਓ ਬਹੁਤ ਪੈ ਰਹੀਆਂ ਨੇ, ਜਾਣੀ ਨਿੰਮਾਂ ਸੁੱਕ ਰਹੀਆਂ ਨੇ। ਹੁਣ ਆਪਾਂ ਖੜ੍ਹੇ ਹਾਂ ਨਿੰਮ ਥੱਲੇ ਮਹਿਦਿਆਣਾ ਸਾਹਿਬ ਦੇ ਵਿੱਚ, ਇਹ ਨਿੰਮ ਹਰੀ ਭਰੀ ਆ, ਤੁਸੀਂ ਸਾਹਮਣੇ ਦੇਖ ਸਕਦੇ ਹੋ ਦੋ ਨਿੰਮਾਂ ਹੋਰ ਲੱਗੀਆਂ ਹੋਈਆਂ ਨੇ, ਇੱਕ ਨਿੰਮ ਹਰੀ ਆ ਅਤੇ ਇੱਕ ਸੁੱਕ ਗਈ। ਜਾਣੀ ਪੰਜਾਬ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਆ, ਨਿੰਮਾਂ ਬਹੁਤ ਜ਼ਿਆਦਾ ਸੁੱਕ ਰਹੀਆਂ ਨੇ। ਜਾਣੀ ਇਸ ਧਾਰਮਿਕ ਸਥਾਨ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਨਿੰਮ ਸੁੱਕੀ ਹੋਈ ਆ, ਪੰਜਾਬ ਦੇ ਵਿੱਚ ਜ਼ਿਆਦਾਤਰ ਨਿੰਮਾਂ ਸੁੱਕ ਰਹੀਆਂ ਨੇ ਜੀ। ਜਾਣੀ ਜਿਹੜੇ ਆਪਣੇ ਸਾਇੰਸਟਿਸਟ ਨੇ ਜਾਂ ਸਾਇੰਸਦਾਨ ਨੇ ਜੀ, ਹੈ ਨਾ, ਜਾਂ ਮਾਹਰ ਨੇ, ਖੇਤੀ ਮਾਹਰ, ਦਰਖਤਾਂ ਵਾਲੇ ਮਾਹਰ, ਉਹਨਾਂ ਨੂੰ ਇਸ ਗੱਲ 'ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਆ ਵੀ ਜਿਹੜਾ ਇਹ ਨਿੰਮ ਆ ਜੀ, ਇਹ ਦਰਖਤ ਕਿਉਂ ਸੁੱਕ ਰਿਹਾ ਆ, ਇਹਦੇ ਬਾਰੇ ਜਾਣਕਾਰੀ ਲੋਕਾਂ ਨੂੰ ਸੁਚੇਤ ਜ਼ਰੂਰ ਕਰਨਾ ਚਾਹੀਦਾ ਆ, ਤਾਂ ਜੋ ਲੋਕ ਉਪਰਾਲੇ ਕਰ ਸਕਣ ਜੀ, ਇਹਨਾਂ ਨੂੰ ਸੁੱਕਣ ਤੋਂ ਬਚਾਇਆ ਜਾ ਸਕੇ। ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਮਹਿਦਿਆਣਾ ਸਾਹਿਬ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸਨੂੰ ਸ਼ੇਅਰ ਕਰਿਓ। ਚੈਨਲ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਹੁਣ ਆਪਾਂ ਮਿਲਾਂਗੇ ਅਗਲੇ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।